नाजरीन कैसे हैं आप सब, खैरियत से हैं? ये देखिए आज बंदे पकड़े हैं, सुबह सुबह सैरी टाइम कर दही शही रखा है इन्होंने। स्वीट दही है ए बड़े, केड़ा दही है जी? ये स्वीट ठीक है। ये की है जी, ये सर स्पेशल रेसिपी है ठीक है। अच्छा जी, ये हाजमे के लिए बहुत बेहतर है। वाह जी वाह, सैरी के बाद। वाह जी, ए पतीली जी की है सर? लस्सी शस्सी भी नाल बना। कल 14 तारीक ਪੰਜਾਬੀ ਕਲਚਰ ਡੇ ਆ, ਉਹ ਪੰਜਾਬੀ ਖਾਣੇ ਨਾਲ ਤਿਆਰ ਕੀਤੇ ਹੋਏ ਪਰਾਠੇ ਪੰਜਾਬੀ ਠੀਕ ਹੈ। ਅੱਛਾ, ਬਾਕੀ ਪੰਜਾਬੀ ਘੋਟਾ ਵੀ ਤਿਆਰ ਕੀਤਾ ਹੋਇਆ ਸੀ। ਸਹੀ ਹੈ ਜੀ, ਨਾਲ ਲੱਸੀ ਛੱਸੀ ਆ। ਅੱਛਾ ਜੀ, ਇਹ ਦਹੀਂ ਆ, ਪੰਜਾਬ ਦਾ ਕਲਚਰ ਹੈ ਅਤੇ ਫਿਰ ਪੰਜਾਬ ਦੇ ਕਲਚਰ ਦੇ ਵਿੱਚ ਸਰ ਇਹ ਦਹੀਂ ਸ਼ਹੀ ਅਤੇ ਪੰਜਾਬੀ ਘੋਟਾ ਇਹ ਸਪੈਸ਼ਲ ਰੈਸਪੀ ਜਿਹੜੀ ਆ ਹਾਜ਼ਮੇ ਵਾਸਤੇ ਆ। ਇਹ ਤੁਹਾਨੂੰ ਕਿੰਨੀ ਦੇਰ ਹੋ ਗਈ ਇਹ ਘੋਟੇ ਅਤੇ ਪੰਜਾਬ ਦੇ ਕਲਚਰ ਵਾਸਤੇ? ਇਹ ਤਾਂ ਅਸਲਾ ਤਾਂ ਸਰ ਚੱਲਦਾ ਆਉਂਦਾ ਨਾ, ਜਦੋਂ ਲੈ ਕੇ ਪੰਜਾਬ ਦੇ ਲੋਕ ਬਣੇ ਆ, ਬਣੇ ਸਰ ਸਿਸਟਮ ਚੱਲਿਆ, ਉਦੋਂ ਲੈ ਕੇ ਪੰਜਾਬੀ ਕਲਚਰ ਤੋਂ ਫਿਰ ਚੱਲਦਾ ਹੀ ਆਉਂਦਾ ਨਾ। ਅਤੇ 14 ਤਰੀਕ ਨੂੰ ਸਾਡਾ ਕਲਚਰ ਡੇ ਆ ਜੀ, ਫਿਰ ਅਸੀਂ ਮਨਾਵਾਂਗੇ ਜੋਸ਼ ਨਾਲ। ਛਿੱਕਾ ਹੋਏਗਾ ਨਾਲ ਠੀਕ ਹੈ, ਢੋਲ ਢਮਾਕਾ ਹੋਏਗਾ। ਅੱਛਾ ਹਾਂਜੀ, ਅੱਛਾ ਇਹ ਗਲਾਸ ਇੰਨੇ ਤੁਹਾਡੇ ਜਿਹੜਾ ਕੀ ਇਹ ਸਰ ਇਹ ਗਲਾਸ ਜਿਹੜੇ ਆ ਤਾਂ ਅੱਜ ਕੱਲ੍ਹ ਅੰਗਰੇਜ਼ੀ ਚੱਲ ਪਏ ਨੇ, ਪਰ ਪੰਜਾਬੀ ਗਲਾਸ ਉਸ ਦਿਨ ਹੋਣਗੇ। ਨਿਜ਼ਾਮ ਚੇਂਜ ਹੁੰਦਾ ਗਿਆ, ਸ਼ਹਿਰੀ ਬੱਚੇ ਬਣਦੇ ਗਏ, ਬਰਗਰ ਬੱਚੇ ਬਣਦੇ ਗਏ। ਲੇਕਿਨ ਪੰਜਾਬ ਰਿਪੋਰਟਰਾਂ ਨੇ ਕੱਲ ਅਸੀਂ ਮਨਾਵਾਂਗੇ ਦੁਬਾਰਾ, ਪੰਜਾਬ ਦੱਸਾਂਗੇ ਇਹਨਾਂ ਨੂੰ ਦੇਸੀ ਘਿਓ ਵਾਲਾ। ਦੇਸੀ ਘਿਓ ਵਾਲਾ ਹਾਂਜੀ, ਇਹ ਕੋਲੀ ਹਾਂਜੀ, ਇਹ ਕੋਲੀ ਦਹੀਂ ਵਾਲੀ, ਦਹੀਂ ਵਾਲੀ। ਉਹ ਪਰਾਂਠੇ ਕਿਹੜੇ ਨੇ ਦੂਜੇ? ਉਹ ਵੀ ਦੇਸੀ ਵੱਖਰ ਵਾਲੇ ਨੇ, ਹੈ ਘਿਓ ਵਾਲੇ ਨੇ, ਉਹ ਮੱਖਣ ਵਾਲੇ ਨੇ। ਅੱਛਾ, ਮਤਲਬ ਦੋਵੇਂ ਕੁਆਲਿਟੀ ਅਲੱਗ ਆ? ਅਲੱਗ ਅਲੱਗ ਕੁਆਲਿਟੀ ਸਰ। ਇਹ ਸਰ ਇਹ ਸ਼ਹਿਰੀ ਦੇ ਇੰਤਜ਼ਾਮ ਜੀ, ਤੁਸੀਂ ਬੜਾ ਬੜਾ ਮਜ਼ੇਦਾਰ ਸਿਸਟਮ ਬਣਾਇਆ ਹੋਇਆ ਜੀ, ਬੜਾ ਕਮਾਲ ਦਾ ਕਰਕੇ ਯਾਰ। ਇਧਰ ਪਰਾਂਠਾ ਦੱਸੋ ਨਾ ਸਾਡੇ ਨਾਜ਼ਰੀਨ ਨੂੰ ਚੁੱਕ ਕੇ। ਹੋਏ ਹੋਏ ਹੋਏ, ਦੇਖੋ ਸਰ ਲੱਛੇ ਦੇਖੋ ਠੀਕ ਹੈ, ਪੰਜਾਬ ਦੇ ਕਲਚਰ ਦੇ ਵਿੱਚ। ਵਾਹ ਜੀ, ਕਿਆ ਪਰਾਂਠਾ ਯਾਰ, ਖੁਸ਼ਬੂ ਕਿਆ। ਫਿਰ ਵੱਡੀ ਗੱਲ ਹੈ, ਘਿਓ ਵੀ ਨਹੀਂ ਨੁਚੜਦੇ। ਹੋਏ ਹੋਏ ਹੋਏ, ਕਿਆ ਖਾਣੇ ਆ, ਨਿਪਟਣ ਦਾ ਕੰਮ ਕਰੀ ਜਾਂਦੇ ਨਾ। ਇਹ ਦੇਸੀ ਗੰਦਮ ਹੈ ਸਰ, ਇਹ ਘਿਓ ਨੂੰ ਅਬਜ਼ਰਵ ਕਰ ਲੈਂਦੀ ਆਪਣੇ 'ਚੋਂ ਠੀਕ ਹੈ, ਦੇਸੀ ਨੂੰ। ਇਹ ਡਾਂਟੇ ਛਾਂਟੇ ਹੁੰਦੇ ਜਿਹੜੇ ਨੁਚੜਦੇ ਨੇ, ਕਿੱਥੇ ਨੁਚੜਨੇ ਨੇ ਦੇਸੀ ਦੇਸੀ। ਇਹ ਕੀ ਸ਼ਾਇਦ ਜਿਹੜੇ ਨਾ ਖਾ ਰਹੇ ਜੀ? ਇਹ ਸਰ ਪੰਜਾਬ ਦਾ ਆਚਾਰ ਆ ਜੀ ਠੀਕ ਹੈ, ਦੇਸੀ ਮਾਵਾਂ ਜਿਹੜੇ ਘਰ ਦੇ ਵਿੱਚ ਬਣਾਉਂਦੀਆਂ ਨੇ। ਅੰਬੀਆਂ ਤੋੜ ਤੋੜ ਕੇ ਖਾਧੀਆਂ ਨੇ। ਵਾਹ ਜੀ, ਬੜਾ ਮਜ਼ਾ ਆ ਰਿਹਾ। ਲੱਗ ਗਈ ਪੱਕ ਗਈ ਅੰਬੀਆਂ ਤੇ ਪੱਕ ਲੱਗ ਗਿਆ ਬੋਲ ਉਹ ਕੀ ਆਇਆ ਜੀ ਪਤੀਲੇ ਦੇ ਵਿੱਚ ਜੀ? ਇਹ ਸਭ ਕੁਛ ਸਖਾਫਤ ਆ ਜੀ ਪੰਜਾਬੀਆਂ ਦੀ। ਅੱਛਾ ਠੀਕ ਹੈ, ਦੇਸੀ ਲੱਸੀ ਵਾਹ, ਚਾਟੀ ਦੇ ਵਿੱਚ ਰਗੜੀ ਹੋਈ। ਵਾਹ ਜੀ ਵਾਹ, ਸਰ ਇਹ ਚਾੜੋ ਲਾਜ਼ਮੀ ਵੀਡੀਓ, ਇਨਸ਼ਾਅੱਲਾ ਤੁਹਾਨੂੰ ਹਜ਼ਾਰਾਂ ਵਿਊ ਇਹਦੇ ਆਉਣਗੇ, ਦੱਸਣਗੇ ਲੋਕ ਪੰਜਾਬੀ ਕਲਚਰ ਨੂੰ। ਕੱਲ 14 ਤਰੀਕ ਆ ਸਰ, 14 ਮਾਰਚ ਦੇ ਦਿਨ ਮਨਾਇਆ ਜਾਣਾ, ਔਰ ਜੋਸ਼ ਤਰੀਕੇ ਦੇ ਨਾਲ ਤੁਹਾਨੂੰ ਦਾਵਤ ਆਓ ਅਤੇ ਹੁੱਕਾ ਚੁੱਕਾ ਪ੍ਰੋਗਰਾਮ ਪੂਰਾ ਹੋਣਾ,
ਤੁਸੀਂ ਲਾਜ਼ਮੀ ਉਸ ਦਾਵਤ ਤੇ ਪਹੁੰਚਣਾ ਇਨਸ਼ਾਅੱਲਾ। ਇਹ ਲੱਸੀ ਦੇ ਫੁੱਲ ਨਜ਼ਾਰੇ ਆ ਜੀ। ਹਾਂਜੀ ਹਾਂਜੀ, ਚੀਨੀ ਵਾਲੀ ਇਹ ਲੱਸੀ ਨਮਕੀਨ ਸਰ ਦੋ ਕਿਸਮ ਦੀ ਹੈ, ਚੀਨੀ ਵਾਲੀ ਵੀ ਆ। ਚੀਨੀ ਨਹੀਂ ਸਰ, ਉਹ ਦੇਸੀ ਸ਼ੱਕਰ ਬਣਾਈ ਘਰ। ਕਿਆ ਬਾਤ ਹੈ, ਪਹਿਲੇ ਦੇਸੀ ਚੀਨੀ ਵੀ ਬਣਾਉਂਦੇ ਸੀ। ਕੋਟਾ ਕਿਹੜਾ ਹੈ ਕੋਟਾ, ਸਾਡੇ ਵੱਡੇ ਜਿਹੜੇ ਸੀ ਨਾ ਪਹਿਲੇ ਦੇਸੀ ਚੀਨੀ ਵੀ ਬਣਾਉਂਦੇ ਹੁੰਦੇ ਸੀ ਦੇਸੀ ਤਰੀਕੇ ਦੇ ਨਾਲ, ਬਾਅਦ ਵਿੱਚ ਮਿੱਲਾਂ ਮੁੱਲਾਂ ਇਹ ਤੇ ਤੁਸੀਂ ਅੰਡੇ ਦਾ ਨਹੀਂ ਇਸਤੇਮਾਲ ਕੀਤਾ। ਹਾਂਜੀ, ਅੰਡੇ ਦੀ ਕੀ ਵਜ੍ਹਾ ਬੋਸ? ਪਰਾਂਠੇ ਤੁਸੀਂ ਦੇਸੀ ਜਿਹੜੇ ਹੈਗੇ ਆ ਦੋ ਦੂਸਰੇ ਵਾਲੇ ਛੱਡੋਗੇ? ਫਾਰਮੀਆ ਸਰ ਅੰਡੇ ਬਹੁਤ ਸ਼ਾਰਟ ਹੋ ਗਏ ਸਰ, ਫਾਰਮੀਆ ਅੱਜ ਕੱਲ੍ਹ ਅੰਡੇ ਚੱਲ ਪੈ ਰਹੇ, ਦੇਸੀ ਅੰਡੇ ਕਿੱਥੋਂ ਲੱਭਦੇ ਆ। ਬੜੀ ਬਾਤ ਹੈ ਸਰ, ਤੁਸੀਂ ਕਲਚਰ ਨੂੰ ਬਹਾਲ ਰੱਖਿਆ। ਅਲਹਮਦੁਲਿਲਾ ਸਰ, ਸਾਡੇ ਵੱਡੇ ਨੇ ਤੁਹਾਨੂੰ ਦੱਸਿਆ, ਅਸੀਂ ਵੀ ਉਹਨਾਂ ਦੇ ਆਪਣੇ ਆਨਲਾਈਨ ਲੱਗੇ। ਇਹ ਕੋਟੇ 'ਚ ਕੀ ਕੀ ਪਾਇਆ ਜੇ? ਇਹ ਸਰ ਦੇਸੀ ਘਿਓ ਆ, ਦੇਸੀ ਬਸਰ ਨੇ, ਦੇਸੀ ਪਿਆਜ਼ ਆ ਇਹਦੇ 'ਚ ਸਰ, ਹਾਂਜੀ ਦੇਸੀ ਲਸਣ ਆ ਇਹਦੇ 'ਚ ਸਰ, ਦੇਸੀ ਮਿਰਚ ਆ ਇਹਦੇ 'ਚ। ਸਹੀ, ਹਾਂਜੀ ਸਰ, ਮਤਲਬ ਦੇਸੀ ਤੋਂ ਇਲਾਵਾ ਕੋਈ ਸ਼ੈ ਨਹੀਂ, ਕੋਈ ਚੀਜ਼ ਨਹੀਂ ਦੇਸੀ ਤੋਂ ਇਲਾਵਾ। ਸਾਰਾ ਕਲਚਰ ਹੀ ਦੇਸੀ ਹੈ। ਹਾਂਜੀ, ਅੱਜ ਦੇਸੀ ਕਲਚਰ ਆ ਸਾਰਾ। ਅੱਛਾ ਅੱਛਾ, ਇਹ ਆਪਕੇ ਭਾਈ ਹੈ? ਹਾਂਜੀ, ਇਹ ਮੇਰੇ ਛੋਟੇ ਭਾਈ ਹੈ। ਅੱਛਾ ਅੱਛਾ ਸਰ, ਇਹ ਬੜਾ ਭਾਈ ਤਾਰਫ ਕਰਵਾ ਰਹੇ ਦੇਸੀ ਕਲਚਰ ਦਾ। ਜੀ ਸਰ ਬਿਲਕੁਲ, ਅਲਹਮਦੁਲਿਲਾ ਮਾਸ਼ਾਅੱਲਾ ਸੇ ਗੁਰਨਾਰ ਸਿੰਘ ਕੇ ਸਾਥ ਤੇ ਰਸੀ ਹੋਈ ਹੈ। ਕੀ ਕਰਵਾ ਰਹੇ?